ਅੰਮ੍ਰਿਤਸਰ ਦੇ ਭਾਈ ਮੱਝ ਸਿੰਘ ਰੋਡ ਤੇ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਇੱਕ ਯੁਵਕ ਦੀ ਸੰਦਿਗਧ ਪ੍ਰਸਥਿਤੀਆਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉਹ ਆਪਣੀ ਇੱਕ ਮੂੰਹ ਬੋਲੀ ਭੈਣ ਦੇ ਘਰ ਵਿੱਚ ਗਿਆ ਅਤੇ ਉੱਥੇ ਉਸ ਦੀ ਮੌਤ ਹੋ ਗਈ। ਦਰਅਸਲ ਇਹ ਮਾਮਲਾ ਨਜਾਇਜ਼ ਰਿਸ਼ਤੇ ਤੋਂ ਜੁੜਦਾ ਨਜ਼ਰ ਆ ਰਿਹਾ ਹੈ। ਮ੍ਰਿਤਕ ਦੇ ਘਰ ਵਾਲਿਆਂ ਦੇ ਮੁਤਾਬਿਕ ਆਰੋਪੀ ਸੋਨੀਆ ਦੇ ਨਾਲ ਇਸ ਦੇ ਸੰਬੰਧ ਸੀ ਅਤੇ ਸੋਨੀਆ ਦੇ ਪਤੀ ਦੀ ਮੌਤ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੋਨੀਆ ਨੇ ਬੁਲਾ ਕੇ ਤੇ ਮੇਰਾ ਮੁੰਡਾ ਇਹਨੇ ਮਾਰ ਤੁਹਾਡੀ ਬੜੀ ਛੁਰੀ ਪਈ ਲਾਗੇ ਮਾਰ ਕੇ ਤੇ ਉੱਥੇ ਸੋਲਤਾ ਇਹਨਾਂ ਨੇ ਆਪਣੇ ਘਰੇ ਮਾਰਤਾ ਇਹਨਾਂ ਨੇ ਮੇਰੇ ਉਹਦੇ ਮੁੰਡੇ ਨੇ ਮਾਰਿਆ ਨਾਲ ਨਾਲ ਰਲ ਕੇ ਸਾਰਿਆਂ ਜਾਣੇ ਨੇ। ਸਾਨੂੰ ਇੱਥੇ ਸਾਫ਼ ਨਹੀਂ ਮਿਲਿਆ ਇੱਥੇ ਇੱਥੇ ਉਹਨੂੰ ਚਾਹਵਾ ਪਿਓ ਨੇ ਕੀ ਕੁਛ ਕਰਨ ਦੇ ਉਹਦੇ ਨਾਲ ਸਾਡੇ ਨਾਲ ਇਨਸਾਫ਼ ਨਹੀਂ ਮਿਲਿਆ ਸਾਨੂੰ ਤੇ ਮੈਨੂੰ ਇਨਸਾਫ਼ ਚਾਹੀਦਾ ਮੇਰਾ ਮੁੰਡਾ ਮਰਿਆ ਮੇਰੇ ਵਜ੍ਹਾ ਨਾਲ ਮੁੰਡਾ ਵੀ ਮਰਨਾ ਚਾਹੀਦਾ ਇੱਦਾਂ ਹੀ ਇਹਨੇ ਬੁਲਾਇਆ ਧੋਖੇ ਨਾਲ ਉਹਨੂੰ ਕਹਿੰਦੀ ਕੰਮ ਕਰਦੀ ਕੋਈ ਗੱਲ ਕਰਨੀ ਇਹ ਘਰ ਆ ਇੱਕ ਪਾਸੇ ਭੈਣ ਵੀ ਬਣਾਈ ਹੋਈ ਹੈ ਸੋਹਣੀ ਆ ਉਹਦੇ ਘਰ ਕਰੀਬ 10:30-11 ਵਜੇ ਰਾਤ ਗਿਆ ਜਿੱਥੇ ਕਿ ਮੌਕੇ 'ਤੇ ਜਾ ਕੇ ਵੇਖਿਆ ਗਿਆ ਉੱਥੇ ਇਹ ਸਕੂਟੀ 'ਤੇ ਹਾਰ ਮਾਰ ਰਿਹਾ ਸੀ। ਜ਼ਿਆਦਾ ਆਂਢ ਗੁਆਂਢ ਬੰਦਿਆਂ ਨੇ ਕਿਹਾ ਵੀ ਹਾਰ ਨਾ ਮਾਰੋ ਬੱਚੇ ਸੋ ਰਹੇ ਨੇ ਸਵੇਰੇ ਸਕੂਲ ਜਾਣਾ ਅਤੇ ਉਸ ਕਰਕੇ ਥੋੜ੍ਹਾ ਜਿਹਾ ਉਹਨਾਂ 'ਤੇ ਬਹਿਸਬਾਜ਼ੀ ਹੋਈ। ਇਨ ਬਿਟਵੀਨ ਸੋਨੀਆ ਜਿਹੜੀ ਹੈਗੀ ਘਰ ਸਾਹਮਣੇ ਸੀ ਉਹਨਾਂ ਨੇ ਘਰ ਬੁਲਾ ਲਿਆ। ਇਹ ਦੱਸਣ ਮੁਤਾਬਕ ਇਹ ਵੀ ਉਹਨੇ ਸ਼ਰਾਬ ਪੀਤੀ ਹੋਈ ਸੀ ਇਸੇ ਦੇ ਵਿੱਚ ਜਦੋਂ ਕਹਿੰਦਾ ਮੈਂ ਜਿਹੜਾ ਹੈਗਾ ਜਿਹੜੇ ਬੰਦਿਆਂ ਨੇ ਉਹਨੂੰ ਕਿਹਾ ਰੋਕਿਆ ਸੀ ਵੀ ਹਾਰ ਨਾ ਮਾਰ ਉਹਦੇ ਨਾਲ ਲੜਾਈ ਕਰਨੀ ਹੈ ਪਰ ਉਹ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਸੋਨੀਆ ਦਾ ਜਿਹੜਾ ਹੈਗਾ ਲੜਕਾ ਉਹਨੇ ਵੀ ਕਿਹਾ ਵੀ ਮੈਂ ਜਿਹੜਾ ਹੈਗਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਣਾ ਤੂੰ ਸ਼ਰਾਬੀ ਕਿਸ ਵੇਲੇ ਆ ਗਿਆ ਅਤੇ ਸਾਨੂੰ ਖਰਾਬ ਕਰ ਰਿਹਾ। ਇਸ ਦੇ ਵਿੱਚ ਉਹਦੀ ਬਹਿਸਬਾਜ਼ੀ ਵੀ ਹੋਈ ਬਾਅਦ 'ਚ ਵੀ ਜਿਹੜਾ ਹੈਗਾ ਇਹ ਗੱਲ ਸਾਹਮਣੇ ਆਈ ਵੀ ਉਹਨੇ ਜਿਹੜਾ ਹੈਗਾ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ ਚੈਨਲ 2।